ਸੁਲਤਾਨੀ ਅਗਵਾ ਮਾਮਲੇ 'ਚ ਸੁਮੇਰ ਸਿੰਘ ਸੈਣੀ ਦੀਆਂ ਜਿੱਥੇ ਮੁਸ਼ਕਿਲਾਂ ਵੱਧ ਚੁੱਕੀਆਂ ਨੇ ਉੱਥੇ ਹੀ ਸਾਬਕਾ ਪੁਲਿਸ ਮੁਖੀ ਸੁਮੇਰ ਸਿੰਘ ਸੈਣੀ ਨੂੰ ਇੱਕ ਹੋਰ ਵੱਡਾ ਝਟਕਾ ਉਦੋਂ ਲੱਗਿਆ ਜਦੋਂ ਸੈਣੀ ਦੇ ਕੇਸ ਦੀ ਪੈਰਵਾਈ ਕਰ ਰਹੇ ਮੁਖੀ ਸਤਨਾਮ ਸਿੰਘ ਕਲੇਰ ਨੇ ਮੁਹਾਲੀ ਅਦਾਲਤ ਚੱਲ ਰਹੇ ਕੇਸ ਨੂੰ ਲੜਨ ਤੋਂ ਇਨਕਾਰ ਕਰ ਦਿੱਤਾ। ਦਰਅਸਲ ਇਸ ਕੇਸ ਦਾ ਸੰਬੰਧ ਸਿੱਖ ਨੌਜਵਾਨ ਦੇ ਅਗਵਾ ਮਾਮਲੇ ਨਾਲ ਹੈ ਜਿਸ 'ਚ ਸੈਣੀ ਸਣੇ 8 ਲੋਕਾਂ ਖਿਲਾਫ ਕਈ ਅਪਰਾਧਿਕ ਧਾਰਾਵਾਂ ਹੇਠ ਪਰਚਾ ਦਰਜ ਹੋ ਚੁੱਕਿਆ ਹੈ। ਕੱਲ ਸੈਣੀ ਦੀ ਅਗਾਊਂ ਜ਼ਮਾਨਤ ਤੇ ਸੁਣਵਾਈ ਹੋਣੀ ਹੈ ਪਰ ਸੈਣੀ ਦੇ ਵਕੀਲ ਰਹੇ ਕਲੇਰ ਨੇ ਵੱਡਾ ਕਦਮ ਚੁੱਕਿਆ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦਾਸ ਪਿਛਲੇ 44-45 ਸਾਲ ਤੋਂ ਵਕਾਲਤ ਦਾ ਪੇਸ਼ਾ ਕਰ ਰਿਹਾ ਹਾਂ। ਇਸ 45 ਸਾਲ ਦੇ ਦੌਰਾਨ ਵਿੱਚ ਮੈਂ ਹਜ਼ਾਰਾਂ ਹੀ ਕੇਸਾਂ ਵਿੱਚ ਪੇਸ਼ ਹੋਇਆ ਹਾਂ। ਮੇਰੀ ਵਕਾਲਤ ਨੂੰ, ਮੇਰੀ ਮਿਹਨਤ ਨੂੰ, ਮੇਰੀ ਲਗਨ ਨੂੰ ਦੇਖਦੇ ਹੋਏ ਮੈਨੂੰ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦਾ ਮਾਣ ਮਿਲਿਆ ਔਰ ਮੈਨੂੰ ਉਸਦਾ ਚੇਅਰਮੈਨ ਲਗਾਇਆ ਗਿਆ, ਜਿਸ ਦੀ ਸੇਵਾ ਵੀ ਮੈਂ ਨਿਰਸਵਾਰਥ ਹੋ ਕੇ ਅੱਜ ਤੱਕ ਕਰਦਾ ਆ ਰਿਹਾ ਹਾਂ। ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵਿੱਚੋਂ ਮੈਂ ਕੋਈ ਤਨਖਾਹ, ਕੋਈ ਭੱਤੇ, ਕੋਈ ਪੈਟਰੋਲ ਜਾਂ ਹੋਰ ਕੋਈ ਸਹੂਲੀਅਤ ਨਹੀਂ ਲੈ ਰਿਹਾ ਅਤੇ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਮੈਂ ਉੱਥੇ ਸੇਵਾ ਨਿਭਾ ਰਿਹਾ ਹਾਂ। ਹੁਣ ਇੱਕ ਕੇਸ ਮੋਹਾਲੀ ਅਦਾਲਤ ਵਿੱਚ ਮੇਰੇ ਪੇਸ਼ ਹੋਣ ਤੇ ਬਹੁਤ ਸਾਰੇ ਆਦਮੀਆਂ ਨੇ ਸੋਸ਼ਲ ਮੀਡੀਆ ਤੇ ਉਸਦਾ ਇਤਰਾਜ਼ ਕੀਤਾ ਹੈ। ਮੈਂ ਉਹ ਕੇਸ ਸਿਰਫ ਪ੍ਰੋਫੈਸ਼ਨਲ ਹੋਣ ਦੇ ਨਾਤੇ ਲਿਆ ਸੀ ਪਰ ਜਦੋਂ ਮੈਂ ਵੇਖਿਆ ਕਿ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਇਹ ਫੈਸਲਾ ਲਿਆ ਹੈ ਕਿ ਮੈਂ ਆਪਣੇ ਆਪ ਨੂੰ ਉਸ ਕੇਸ ਤੋਂ ਵੱਖ ਕਰਦਾ ਹਾਂ ਅਤੇ ਮੈਂ ਉਸ ਕੇਸ ਦੇ ਕਾਗਜ਼ ਤੱਕ ਵੀ ਪਾਰਟੀ ਨੂੰ ਵਾਪਸ ਕਰ ਦਿੱਤੇ ਹਨ ਅਤੇ ਮੈਂ ਕੱਲ੍ਹ ਤੋਂ ਉਸ ਕੇਸ ਵਿੱਚ ਪੇਸ਼ ਨਹੀਂ ਹੋਵਾਂਗਾ। ਅੰਤ ਵਿੱਚ ਜੇ ਮੇਰੇ ਉਸ ਕੇਸ ਵਿੱਚ ਪੇਸ਼ ਹੋਣ ਤੇ ਕਿਸੇ ਇਨਸਾਨ ਨੂੰ ਜਾਂ ਕਿਸੇ ਸਿੱਖ ਨੂੰ ਜਾਂ ਕਿਸੇ ਜਥੇਬੰਦੀ ਨੂੰ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਉਸ ਚੀਜ਼ ਦੀ ਮਾਫ਼ੀ ਮੰਗਦਾ ਹਾਂ ਅਤੇ ਮੈਂ ਉਹ ਕੇਸ ਵਿੱਚ ਕੱਲ੍ਹ ਤੋਂ ਅਪੀਅਰ ਨਹੀਂ ਹੋ ਰਿਹਾ ਅਤੇ ਮੈਂ ਆਪਣੇ ਆਪ